ਅੱਜ ਗੱਲ ਕਰਨੀ ਆ ਗੋਂ ਨਾਲਾ ਜਿਹੜਾ ਮੁੰਡਾ ਕਲਾਕਾਰ ਆ ਗੀਤ ਲਿਖਦਾ ਵੀ ਆ ਗੀਤਕਾਰ ਵੀ ਆ ਤੇ ਗਾਉਂਦਾ ਵੀ ਆ ਛਿਰੀਵਰਾੜ ਤੁਸੀਂ ਪਹਿਲਾਂ ਵੀ ਉਹਦੇ ਕਾਫੀ ਜਿਹੜੇ ਗੀਤ ਮਸ਼ਹੂਰ ਹੋਏ ਨੇ ਉਹਦੇ ਲਿਖੇ ਹੋਏ ਗਾਏ ਹੋਏ ਸੁਣੇ ਹੋਣੇ ਆ ਸਾਰਿਆਂ ਨੇ ਕਿਸਾਨੀ ਅੰਦੋਲਨ ਵੇਲੇ ਜਿੰਨੇ ਕਿਸਾਨ ਐਨ ਥਮ ਕਿਸਾਨੀ ਦੇ ਉੱਤੇ ਗੀਤ ਆਏ ਬਹੁਤ ਮਸ਼ਹੂਰ ਹੋਏ ਕਈ ਕਲਾਕਾਰਾਂ ਨੇ ਮਿਲ ਕੇ ਉਹ ਗੀਤ ਜਿਹੜੇ ਉਹ ਗਾਏ ਸੀ ਤਾਂ ਉਸ ਸਮੇਂ ਦੌਰਾਨ ਵੀ ਸ਼੍ਰੀ ਬਰਾੜ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਸੀ ਸ਼੍ਰੀ ਬਰਾੜ ਨੂੰ ਕੁੱਟਿਆ ਵੀ ਗਿਆ ਸੀ ਥਾਣੇ 'ਚ ਲਿਜਾ ਕੇ ਦਲੀਲ ਵੀ ਕੀਤਾ ਗਿਆ ਸੀ ਤੇ ਕਈ ਦਿਨ ਉਹਦੇ ਉਦੋਂ ਜੇਲ੍ਹ ਚ ਲਵਾਤੇ ਸੀ ਇਹ ਮੈਂ ਗੱਲ ਕਰ ਰਿਹਾ ਜਦੋਂ ਕਿਸਾਨੀ ਅੰਦੋਲਨ ਪੂਰਾ ਭਖਿਆ ਹੋਇਆ ਸੀ ਤੇ ਸ੍ਰੀ ਬਰਾੜ ਨੇ ਉਸ ਸਮੇਂ ਦੇ ਵਿੱਚ ਕਿਸਾਨ ਐਂਥਮ ਜਿਹੜਾ ਗੀਤ ਆ ਉਹ ਦੋ ਦੇ ਹਿੱਸੇ ਆਏ ਸੀ ਉਸ ਇਨਸਾਨ ਨੇ ਲਿਖੀ ਸੀ ਤੇ ਕਈ ਕਲਾਕਾਰਾਂ ਨੇ ਗਾਏ ਸੀ ਸੋ ਸਮੇਂ-ਸਮੇਂ ਤੇ ਉਸ ਇਨਸਾਨ ਨੇ ਹਮੇਸ਼ਾ ਚੰਗਾ ਲਿਖਣ ਦੀ ਚੰਗਾ ਗਾਉਣ ਦੀ ਕੋਸ਼ਿਸ਼ ਕੀਤੀ ਆ ਹੁਣ ਕੌਮਯੂਨ ਸੰਭੋਰ ਚਾ ਚੱਲ ਰਿਹਾ ਤਾਂ ਇਸ ਮੋਰਚੇ ਦੌਰਾਨ ਉਹਨੇ ਬੇੜੀਆਂ ਗੀਤ ਹੈ ਜਿਹੜਾ ਉਹ ਗਾਇਆ ਤੇ ਨਾਲ ਦੀ ਨਾਲ ਉਹਦੇ ਤੇ ਕੋਈ ਕੋਈ ਵਕੀਲ ਹੈ ਉਹ ਕਹਿੰਦਾ ਜੀ ਮੈਂ ਇਸ ਬੰਦੇ ਦੇ ਖਿਲਾਫ ਹਾਈ ਕੋਰਟ ਤੱਕ ਜਾਊਂਗਾ ਮੈਂ ਡੀਜੀਪੀ ਤੱਕ ਜਾਊਂਗਾ ਮੈਂ ਸਰਕਾਰ ਤੱਕ ਪਹੁੰਚ ਕਰੂੰਗਾ ਤੇ ਇਹ ਤੇ ਮੁਕੱਦਮਾ ਕਹਿੰਦਾ ਦਰਜ ਹੋਣਾ ਚਾਹੀਦਾ ਉਦੋਂ ਇੱਕ ਹੋਰ ਕੋਈ ਗੀਤ ਆਇਆ ਉਹ ਵਕੀਲ ਇਹ ਗੱਲ ਕਹਿ ਰਿਹਾ ਕਿ ਇਸ ਗੀਤ ਦੇ ਵਿੱਚ ਉਹਨੇ ਹਥਿਆਰਾਂ ਨੂੰ ਉਤਸ਼ਾਹਤ ਕੀਤਾ ਪ੍ਰਮੋਟ ਕੀਤਾ ਨਾਲ ਕਹਿੰਦਾ 295 ਧਾਰਾ ਉਹ ਵੀ ਲਾਈ ਜਾਵੇ ਤੇ ਹੁਣ ਕਈ ਜਿਹੜੇ ਆਪੇ ਸਮਾਜ ਦੇ ਬਣੇ ਠੇਕੇਦਾਰ ਨੇ ਧਰਮ ਦੇ ਬਣੇ ਠੇਕੇਦਾਰ ਨੇ ਉਹ ਵੱਖ-ਵੱਖ ਬਰਗਾ ਚ ਬੈਠੇ ਆ ਉਹ ਵਕੀਲਾਂ ਚ ਵੀ ਹੈਗੇ ਆ ਉਹ ਹੋਰ ਖੇਤਰਾ ਚ ਵੀ ਹੈਗੇ ਆ ਜਿਨ੍ਹਾਂ ਨੂੰ ਇਹ ਲੱਗਦਾ ਕਿ ਜਿਹੜੇ ਵੀ ਇਨਸਾਨ ਨੇ ਕੁਛ ਗਾਉਣਾ ਹੈ ਲਿਖਣਾ ਹੈ ਖਾਣਾ ਹੈ ਪਹਿਨਣਾ ਹੈ ਉਹ ਸਾਥੋਂ ਪੁੱਛਿਆ ਜਾਵੇ ਪਹਿਲਾਂ ਕਿਉਂਕਿ ਇਸ ਮੁਲਕ ਦਾ ਜੋ ਮਾਹੌਲ ਚੱਲ ਰਿਹਾ ਹੈ ਜੋ ਇਸ ਭਾਰਤੀ ਹਕੂਮਤ ਜਿਹੜੀ ਆਪਣੇ ਤਰੀਕੇ ਨਾਲ ਭਾਰਤ ਦਾ ਇਤਿਹਾਸ ਦੁਆਰਾ ਲਿਖਣ ਦੀ ਕੋਸ਼ਿਸ਼ ਕਰ ਰਹੀ ਆ ਕਰ ਕੀ ਰਹੀ ਆ ਲਿਖ ਹੀ ਰਹੇ ਨੇ ਉਹ ਤੈਅ ਕਰ ਰਹੇ ਨੇ ਲੋਕਾਂ ਨੇ ਕਿਹੜਾ ਕੱਪੜਾ ਪਹਿਨਣਾ ਕਿਹੜਾ ਨਹੀਂ ਪਹਿਨਣਾ ਕੀ ਖਾਣਾ ਕੀ ਪੀਣਾ ਕੀ ਬੋਲਣਾ ਜਾਣੇ ਹਰ ਤੁਹਾਡੇ ਕੰਮ ਦੇ ਉੱਤੇ ਪਾਬੰਦੀ ਲਾਈ ਜਾ ਰਹੀ ਆ ਸੋ ਉਹਨਾਂ ਵਿੱਚੋਂ ਹੀ ਉੱਠ ਕੇ ਇਹ ਜਿਹੇ ਵਕੀਲ ਨੇ ਜਿਹੜੇ ਇਹ ਜੀਆਂ ਗੱਲਾਂ ਕਰਦੇ ਨੇ ਕਿ ਸ੍ਰੀ ਬਰਾੜ ਨੇ ਆ ਕਰਤਾ ਸ੍ਰੀ ਬਰਾੜ ਨੇ ਉਹ ਕਰਤਾ ਤੇ ਮੁਕੱਦਮਾ ਦਰਜ ਕਰਾਵਾਂਗੇ ਸੋ ਪਹਿਲਾਂ ਨਾਮ ਉਸ ਵਕੀਲ ਨੂੰ ਪੁੱਛਣਾ ਚਾਹਨਾ ਵੀ ਭਾਈ ਸਾਹਿਬ ਆ ਪੋਸ਼ਪਾ ਫਿਲਮ ਆਈ ਆ ਕੇਜੀਐਫ ਫਿਲਮ ਆਈ ਆ ਆ ਹੁਣੇ-ਹੁਣੇ ਜਿਹੜੀ ਸੁਪਰ ਡੋਪਰ ਹਿੱਟ ਫਿਲਮ ਰਹੀ ਆ ਪਠਾਨ ਇਹ ਫਿਲਮਾਂ ਆਈਆਂ ਨੇ ਜਾਂ ਹੋਰ ਅਨੇਕਾਂ ਫਿਲਮਾਂ ਜਿਹੜੀਆਂ ਬਣੀਆਂ ਨੇ ਜਾਂ ਅੱਜ ਬਣ ਰਹੀਆਂ ਨੇ ਜਿੰਨਾ ਫਿਲਮਾਂ ਦੇ ਵਿੱਚ ਮੈਨੂੰ ਲੱਗਦਾ ਉਹ ਗੱਲ ਇੱਕ ਕਰਦੇ ਆ ਤੇ ਗੋਲੀਆਂ 10 ਚ ਲਾਉਂਦੇ ਆ ਗੋਲੀਆਂ ਵੀ ਉਹ ਕੋਈ ਪਸੌਲਾਂ ਰਫਲਾਂ ਨਾਲ ਨਹੀਂ ਗੋਲੀਆਂ ਵੀ ਉਹ ਵੱਡੇ ਵੱਡੇ ਹਥਿਆਰਾਂ ਨਾਲ ਚਲਾਉਂਦੇ ਨੇ ਉਧਰ ਨੂੰ ਕਦੋਂ ਮੂੰਹ ਕਰਨਾ ਹੈ ਉਹਨਾਂ ਦੇ ਮੁਕੱਦਮਾ ਕਰੋ ਦਰਜ ਕਰਾਉਣਾ ਹੈ ਜਿਉਂ ਫਿਲਮਾਂ ਕਦੋਂ ਬੈਨ ਕਰਾਉਣੀਆਂ ਨੇ ਕੋਸੋਂ ਨੂੰ ਉਹੀ ਬੰਦੇ ਚੁਬਦੇ ਨੇ ਜਿਹੜੇ ਕੌਮ ਦੀ ਗੱਲ ਕਰਦੇ ਆ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਬਹਾਨਾ ਤੁਸੀਂ ਕੋਈ ਨਾ ਕੋਈ ਘੜਨਾ ਹੁੰਦਾ ਕੋਈ ਨਾ ਕੋਈ ਬਣਾਉਣਾ ਹੁੰਦਾ ਬਹਾਨਾ ਤੁਸੀਂ ਬਣਾ ਲੈਂਦੇ ਹੋ ਵੀ ਇੱਥਿਆਰਾਂ ਨੂੰ ਪ੍ਰਮੋਟ ਕਰ ਰਿਹਾ ਜੀ ਹਿੰਸਾ ਨੂੰ ਪੈਦਾ ਵਧਾ ਰਿਹਾ ਜੀ ਠੀਕ ਆ ਮੰਨ ਲੈਂਦੇ ਆ ਅਸੀਂ ਇਹ ਗੱਲਾਂ ਨੂੰ ਕਿ ਸਰਕਾਰ ਭਾਈ ਇਹਨਾਂ ਗੱਲਾਂ ਦੇ ਉੱਤੇ ਕਾਬੂ ਪਾਉਣਾ ਚਾਹੁੰਦੀ ਆ ਪਰ ਇਹ ਸਾਰੇ ਥਾਈ ਲਾਗੂ ਹੋਣਾ ਚਾਹੀਦਾ ਨਾ ਫਿਲਮਾਂ ਦੇ ਵਿੱਚ ਤਾਂ ਫਿਰ ਰੁਕ ਨਹੀਂ ਰਿਆ ਹੈ ਫਿਲਮਾਂ ਨੂੰ ਤਾਂ ਸੈਂਸਰ ਬੋਰਡ ਪਾਸ ਕਰਦਾ ਸੈਂਸਰ ਕਰਦਾ ਫਿਰ ਉੱਥੇ ਵੀ ਪਾਬੰਦੀ ਲਾਈ ਜਾਵੇ ਇਕ ਪੁਰਾਣੀ ਗੱਲ ਨਹੀਂ ਹੁਣੇ 3-4 ਫਿਲਮਾਂ ਨਵੀਆਂ ਜਿਹੜੀਆਂ ਆਈਆਂ ਨੇ ਉਹਨਾਂ ਦੇ ਵਿੱਚ ਤੁਸੀਂ ਦੇਖੋ ਕਿੰਨਾ ਹਥਿਆਰ ਚਲਾਏ ਗਏ ਨੇ ਕੀ ਕੁਝ ਦਿਖਾਇਆ ਜਾਂਦਾ ਉਹਨਾਂ ਦੇ ਵਿੱਚ ਉੱਥੇ ਪਾਬੰਦੀ ਨਹੀਂ ਲੱਗਦੀ ਲੱਗਦੀ ਪਰ ਜਦੋਂ ਕਿ ਇਨਸਾਨ ਜਿਹੜਾ ਬਹੁਤ ਥੋੜੇ ਨੇ ਅਸਲ ਦਾ ਗਾਇਕ ਹਾਈ ਕਿੰਨੇਕ ਨੇ ਬਹੁਤ ਥੋੜੇ ਬੰਦੇ ਨੇ ਗਿਣਤੀ ਦੇ ਜਿਹੜੇ ਉਂਗਲਾਂ ਦੇ ਗਿਣੇ ਜਾਣਗੇ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਸਾਡੇ ਹੱਕਾਂ ਦੀ ਗੱਲ ਕਰਦੇ ਆ ਕੌਮ ਦੀ ਪੰਥ ਦੀ ਗੱਲ ਕਰਦੇ ਆ ਉਹਨਾਂ ਨੂੰ ਇਹ ਆਏ ਨਿਸ਼ਾਨਾ ਬਣਾ ਲੈਂਦੇ ਆ ਉਹ ਜਣਾ ਦੁੱਬਰ ਹੋਇਆ ਪਿਆ ਸ੍ਰੀ ਬਰਾੜ ਦਾ ਵਿਚਾਰਾ ਉਹ ਮੇਰੇ ਨਾਲ ਅੱਜ ਗੱਲ ਵੀ ਹੋਈ ਉਹਦੀ ਫੋਨ ਤੇ ਉਹ ਕਹਿੰਦਾ ਭਾਈ ਕੀ ਕਰਾਂ ਯਾਰ ਮੈਂ ਤਾਂ ਕਹਿੰਦਾ ਸਾਲ ਦੇ ਵਿੱਚ ਜਦੋਂ ਵੀ ਕੋਈ ਮੇਰਾ ਗਾਣਾ ਆਉਂਦਾ ਨਾਲ ਦੀ ਨਾਲ ਇਹੋ ਜਿਹਾ ਕੰਮ ਖੜਾ ਹੋ ਜਾਂਦਾ ਤਾਂ ਮੈਂ ਜਿਹੜੇ گاਉਂ ਵਾਲੇ ਕਲਾਕਾਰ ਭਰਾ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਯਾਰ ਤੁਹਾਡਾ ਜਿਹੜੀ ਤੁਹਾਡੀ ਇਹ ਕਲਾਕਾਰਾਂ ਦੀ ਦੁਨੀਆ ਹੈਗੀ ਆ ਉਸੀ ਤੁਹਾਡਾ ਫਰਜ ਬਣਦਾ ਕਿ ਜੇ ਤੁਹਾਡੇ ਕੋਈ ਭਰਾ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਆ ਕੋਈ ਨੌਬਤ ਆਉਂਦੀ ਆ ਤਾਂ ਉਹਦੇ ਨਾਲ ਖੜੋ ਅੱਜ ਸ੍ਰੀ ਬਰਾੜ ਨੂੰ ਇਹ ਨਿਸ਼ਾਨਾ ਬਣਾ ਰਹੇ ਆ ਉਹਦੇ ਮੁਕਦਮੇਦਾਰ ਚ ਕਰਾ ਰਹੇ ਆ ਕੱਲ ਨੂੰ ਤੁਹਾਡੀ ਵਾਰੀ ਆ ਜਾਣੀ ਹੈ ਤਾਂ ਸਾਰੇ ਕਲਾਕਾਰਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਇੱਕ ਮੁਠ ਹੋ ਕੇ ਇਸ ਗੱਲ ਦਾ ਜਵਾਬ ਦਿਓ ਤੇ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਪੰਜਾਬ ਦੇਆਂ ਕਿ ਜਦੋਂ ਕਿ ਇਹ ਜੀ ਗੱਲਬਾਤ ਸਾਡੇ ਸਾਹਮਣੇ ਆਉਂਦੀ ਆ ਤਾਂ ਉਹਦਾ ਵਿਰੋਧ ਕਰਿਆ ਕਰੋ ਠੀਕ ਆ ਜੀ ਸਹਿਮਤ ਆਂ ਇਸ ਗੱਲ ਦੇ ਨਾਲ ਕਿ ਸਰਕਾਰ ਇਹ ਸਾਰਾ ਕੁਝ ਬੰਦ ਕਰਨਾ ਚਾਹੁੰਦੀ ਆ ਫਿਲਮਾਂ ਪਠਾਨ ਫਿਲਮ ਪੰਜਾਬ 'ਚ ਵੀ ਲੱਗੀ ਹੋਣੀ ਆ ਹੋਰ ਕਿੰਨੀਆਂ ਫਿਲਮਾਂ ਪੰਜਾਬ 'ਚ ਵੀ ਲੱਗੀਆਂ ਨੇ ਲੱਗਦੀਆਂ ਨੇ ਪੂਰੇ ਭਾਰਤ 'ਚੋਂ ਫਿਲਮਾਂ ਚੱਲਦੀਆਂ ਨੇ ਉਹਨਾਂ ਦੇਖੋ ਕੀ ਕੁਝ ਹੋ ਰਿਹਾ ਸੋ jaan 부ਝ ਕੇ ਉਹੀ ਬੰਦੇ ਨਿਸ਼ਾਨੇ ਤੇ ਲੈ ਜਾ ਰਹੇ ਨੇ ਉਹੀ ਬੰਦੇ ਜਲੀਲ ਕੀਤੇ ਜਾ ਰਹੇ ਨੇ ਉਹੀ ਬੰਦਿਆਂ ਨੂੰ ਇਹ ਡਰਾ ਕੇ ਘਰੇ ਬਿਠਾਉਣਾ ਚਾਹੁੰਦੇ ਨੇ ਜਿਹੜੇ ਕੋਈ ਸਾਡੇ ਮਾੜੇ ਮੋٹے ਹੱਕ ਦੀ ਗੱਲ ਕਰਦੇ ਆ ਸਾਡੇ ਇਤਿਹਾਸ ਦੀ ਗੱਲ ਕਰਦੇ ਆ ਸਾਡੀ ਆਉਣ ਵਾਲੀ ਸਾਡੀਆਂ ਪੀੜ੍ਹੀਆਂ ਨੂੰ نسلਾਂ ਨੂੰ ਸਾਡੇ ਇਤਿਹਾਸ ਨਾਲ ਜੋੜਦੇ ਨੇ ਉਹਨਾਂ ਦੇ ਵਿੱਚ ਕੋਈ ਚਿੰਗ ਭਰਦੇ ਨੇ ਉਹਨਾਂ ਬੰਦਿਆਂ ਨੂੰ ਇਹ ਜਾਣ ਬੁੱਝ ਕੇ ਨਿਸ਼ਾਨਾ ਬਣਾ ਕੇ ਦੱਬਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਸਾਨੂੰ ਹਰ ਬੰਦੇ ਨੂੰ ਇਹ ਨਾਲ ਖੜਨਾ ਚਾਹੀਦਾ ਨਹੀਂ ਹਰ ਇੱਕ ਦੀ ਆਵਾਜ਼ ਇੱਥੇ ਦੱਬੀ ਜਾਣੀ ਹੈ ਚਾਹੇ ਗਾਉਣ ਵਾਲਾ ਕਲਾਕਾਰ ਹੈ ਚਾਹੇ ਕੋ ਲਿਖਣ ਵਾਲਾ ਹੈ ਚਾਹੇ ਕੋ ਬੋਲਣ ਵਾਲਾ ਬਲਾਰਾ ਕਿਸੇ ਪ੍ਰਕਾਰ ਦਾ ਬੰਦਾ ਹੈ ਉਸ ਹਰ ਬੰਦੇ ਨੂੰ ਇਹ ਹੌਲੀ 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 ਇਹ ਦੱਬ ਰਹੇ ਨੇ ਇਕੱਲੇ ਇਕੱਲੇ ਨੂੰ ਦੱਬ ਰਹੇ ਨੇ ਬਾਕੀ ਚੁੱਪ ਹੋ ਜਾਂਦੇ ਆ ਵਾਰੀ ਸਭ ਦੀ ਆ ਜਾਣੀ ਹੈ ਫਿਰ ਉਹ ਤਾਂ ਸਾਨੂੰ ਲੱਗਣਾ ਵੀ ਸਾਡੀ ਖਾਤਰ ਨੇ ਕੋਈ ਬੋਲ ਰਿਹਾ ਸੋ ਜਿੰਨੇ ਦਾ ਕਲਾਕਾਰ ਨੇ ਜਿੰਨੇ ਇਹਨਾਂ ਦੀ ਇੰਡਸਟਰੀ ਹੈ ਤੁਹਾਡੀ ਗਾਉਣ ਵਾਲਿਆਂ ਦੀ ਫਿਲਮ ਵਾਲਿਆਂ ਦੀ ਤੁਹਾਡਾ ਫਰਜ਼ ਬਣਦਾ ਕਿ ਯਾਨਾ ਚਾਰਚਪੇਰੋਂ ਬੰਦ ਕਰ ਦਿਓ ਪਰ ਸਾਨੂੰ ਇਕੱਲੇ ਕਰੇ ਬੰਦੇ ਨੂੰ ਕਿਉਂ ਨਿਸ਼ਾਨਾ ਬਣਾਉਨੇ ਆ ਸੋ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਉਸ ਇਨਸਾਨ ਨੇ ਇਹ ਬੀੜੀਆਂ ਗੀਤ ਗਾਇਆ ਸੁਣ ਲਿਓ ਤੁਸੀਂ ਸਾਰੇ ਜਣੇ ਸ੍ਰੀ ਬਰਾੜ ਨੇ ਪਹਿਲਾਂ ਹੀ ਬਹੁਤ ਸੋਹਣੇ-ਸੋਹਣੇ ਗੀਤ ਲਿਖੇ ਵੀ ਨੇ ਤੇ ਗਾਏ ਵੀ ਨੇ ਤੇ ਆਓ ਅੱਜ ਆਪਣਾ ਫਰਜ਼ ਬਣਦਾ ਯਾਰ ਜੇ ਇਸ ਤਰ੍ਹਾਂ ਇਹ ਬੰਦੇ ਨੂੰ ਇਕੱਲੇ ਨੂੰ ਘੇਰ ਕੇ ਉਹ ਨਿਸ਼ਾਨਾ ਬਣਾ ਕੇ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਸਾਡਾ ਫਰਜ਼ ਬਣਦਾ ਕਿਸੇ ਵੀ ਤਰੀਕੇ ਨਾਲ ਅਸੀਂ ਉਸ ਇਨਸਾਨ ਦੇ ਨਾਲ ਖੜਗੇ ਜਿਹੜਾ ਸਾਡੇ ਹੱਕਾਂ ਦੀ ਆਵਾਜ਼ ਠਾਉਂਦਾ ਲੋਕਾਂ ਦਾ ਪਚਾਉਂਦਾ